ਪੰਜਾਬ ਦੇ ਵਿੱਚ ਕਪਲਿਆਂ ਦੀ ਪਰਮਾਰ ਰਹੀ ਹੈ ਤੇ ਉਸੇ ਨਾਲ ਜੁੜੀ ਇੱਕ ਹੋਰ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਸਿੰਚਾਈ ਘਟਾਲਾ ਹੋਇਆ ਸੀ ਉਸ ਦੀ ਜਾਂਚ ਵੀ ਹੋਈ ਔਰ ਜਾਂਚ ਮੁੜ ਵੀ ਸ਼ੁਰੂ ਕਰਨ ਦੇ ਮਾਨ ਸਰਕਾਰ ਨੇ ਹੁਕਮ ਤੱਕ ਦੇ ਦਿੱਤੇ ਜਿਸ ਨੂੰ ਜਿਹੜੇ ਨਾਮਜਦ ਵਿੱਚ ਕੀਤੇ ਗਏ ਨਾਮ ਜਾਂ ਜਿਨ੍ਹਾਂ ਨੂੰ ਸ਼ੱਕ ਦੇ ਘੇਰੇ ਵਿੱਚ ਰੱਖਿਆ ਗਿਆ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਉਹ ਦੋ ਸਾਬਕਾ ਅਕਾਲੀ ਮੰਤਰੀ ਸੀ ਤੇ ਤਿੰਨ ਜਿਹੜੇ ਵੱਡੇ ਅਫਸਰ ਸੀ ਜਿਨ੍ਹਾਂ ਕੋਲ ਅਹਿਮ ਅਹੁਦੇ ਰਹੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠ ਜੋੜ ਦੀ ਸਰਕਾਰ ਵੇਲੇ ਤਾਂ ਉਸ ਵਕਤ ਇਹ ਚਰਚਾ ਦਾ ਵਿਸ਼ਾ ਬਣ ਗਿਆ ਕਿ ਸਿੰਚਾਈ ਘਟਾਲਾ ਜਿਸ ਦਾ ਇੱਕ ਅਨੁਮਾਨ ਲਗਾਇਆ ਜਾਂਦਾ ਹੈ ਕਿ 1000 ਕਰੋੜ ਰੁਪਏ ਤੋਂ ਵੱਧ ਦਾ ਘਟਾਲਾ ਹੋਇਆ ਉਸ ਮਸਲੇ ਵਿੱਚ ਜਿਹੜੇ ਸਾਬਕਾ ਮੰਤਰੀ ਸੀ ਉਹਨਾਂ ਦੇ ਨਿੱਜੀ ਸਹਾਇਕ ਸੀ ਉਹਨਾਂ ਨੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਉਹਨਾਂ ਦੇ ਜ਼ਰੀਏ ਰਿਸ਼ਵਤ ਆ ਜਿਹੜੀ ਉਹ ਸਾਬਕਾ ਮੰਤਰੀਆਂ ਤੱਕ ਪਹੁੰਚੀ ਇਸ ਤਰ੍ਹਾਂ ਦੇ ਇਲਜ਼ਾਮਾਤ ਔਰ ਇੱਕ ਬਿਆਨ ਆ ਜਿਹੜਾ ਜਿਹੜਾ ਠੇਕੇਦਾਰ ਸੀ ਗੁਰਿੰਦਰ ਸਿੰਘ ਉਰਫ ਪਾਪਾ ਉਸ ਦੇ ਇਕਬਾਲੀਆ ਬਿਆਨ ਦੇ ਆਧਾਰ ਦੇ ਉੱਤੇ ਇਹਨਾਂ 5 ਜਣਿਆਂ ਨੂੰ ਉਸ ਜਾਂਚ ਦੇ ਘੇਰੇ ਵਿੱਚ ਸ਼ਾਮਲ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਬਾਰਾ ਜਾਂਚ ਦੇ ਹੁਕਮ ਦੇ ਦਿੱਤੇ ਸੀ ਗਏ ਸੀ ਕਿ ਕੋਈ ਵੀ ਕਸਰ ਰਹਿੰਦੀ ਹੈ ਤੇ ਉਹ ਜਾਂਚ ਪੂਰੀ ਕਰਕੇ ਕੱਢ ਲਈ ਜਾਵੇ ਪਰ ਉਸ ਨੂੰ ਚੈਲੰਜ ਕੀਤਾ ਗਿਆ ਅਦਾਲਤ ਤੱਕ ਸਮੇਂ-ਸਮੇਂ ਸਿਰ ਤੇ ਉਹਨਾਂ ਦੇ ਦੋ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਹਾਲਾਂਕਿ ਇਸ ਮਸਲੇ ਦੇ ਵਿੱਚ ਹੁਣ ਇੱਕ ਵੱਡਾ ਅਪਡੇਟ ਆਇਆ ਹੈ ਕਿ ਸਾਬਕਾ ਮੁਖ ਸਕੱਤਰ ਸਰਵੇਸ਼ ਕੌਸ਼ਲ ਜਿਹੜੇ ਕਿ ਬਾਕੀ ਦੋ ਆਈਐਸ ਅਫਸਰਾਂ ਦੇ ਨਾਲ ਨਾਲ ਜਿਵੇਂ ਇੱਕ ਕੇਬੀਐਸ ਸਿੱਧੂ ਤੇ ਕਾਨ ਸਿੰਘ ਪੰਨੂ ਹਾਲਾਂਕਿ ਕਾਨ ਸਿੰਘ ਪੰਨੂ ਵਿਜੀਲੈਂਸ ਕੋਲ ਤਲਬ ਹੋ ਚੁੱਕੇ ਨੇ ਤੇ ਹੁਣ ਤਲਬ ਕਰ ਲਿਆ ਗਿਆ ਸਾਬਕਾ ਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਤੇ ਸਾਬਕਾ ਮੁਖ ਸਕੱਤਰ ਆਈਐਸ ਅਫਸਰ ਸਰਵੇਸ਼ ਕੌਸ਼ਲ ਜਿਹੜੇ ਕੇਸ ਵਕਤ ਵਿਦੇਸ਼ ਦੇ ਵਿੱਚ ਨੇ ਕੇਬੀਐਸ ਸਿੱਧੂ ਵੀ ਵਿਦੇਸ਼ ਵਿੱਚ ਨੇ ਹਾਲਾਂਕਿ ਪਿਛਲੀ ਸੁਣਵਾਈ ਦੇ ਦੌਰਾਨ ਕੇਬੀਐਸ ਸਿੱਧੂ ਨੂੰ ਥੋੜੀ ਰਾਹਤ ਅਦਾਲਤ ਤੋਂ ਇੰਨੀ ਜ਼ਰੂਰ ਮਿਲੀ ਸੀ ਕਿ ਜਿਹੜਾ ਐਲਓਸੀ ਜਾਰੀ ਹੋਈ ਸੀ ਇਹਨਾਂ ਪੰਜਾਂ ਦੇ ਖਿਲਾਫ ਦੋ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਸ਼ਰਨਜੀਤ ਸਿੰਘ ਢਿੱਲੋਂ ਜਿਨ੍ਹਾਂ ਦੇ ਕੋਲ ਸਨਚਾਈ ਵਿਭਾਗ ਮਹਿਕਮਾ ਰਿਹਾ ਉਸ ਵਕਤ ਸਰਕਾਰ ਦੇ ਵੇਲੇ ਔਰ ਨਾਲ ਹੀ ਜਿਹੜੇ ਤਿੰਨ ਅਫਸਰ ਸੀ ਕਾਨ ਸਿੰਘ ਪੰਨੂ ਸਰਵੇਸ਼ ਕੌਸ਼ਲ ਕੇਬੀਐਸ ਸਿੱਧੂ ਇਹਨਾਂ ਪੰਜਾਂ ਦੇ ਖਿਲਾਫ ਐਲਓਸੀ ਜਾਰੀ ਕਰ ਦਿੱਤੀ ਗਈ ਸੀ ਔਰ ਇਸ ਦੇ ਵਿੱਚੋਂ ਪਹਿਲਾਂ ਹੀ ਦੋ ਜਿਹੜੇ ਅਫਸਰ ਨੇ ਕੇਬੀਐਸ ਸਿੱਧੂ ਤੇ ਸਰਵੇਸ਼ ਕੌਸ਼ਲ ਵਿਦੇਸ਼ ਜਾ ਚੁੱਕੇ ਸਨ ਪਰ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬੇਕਸੂਰ ਹਾਂ ਦੁਬਾਰਾ ਜੁਵਾਰਾ ਜਾਂਚ ਦੀ ਲੋੜ ਨਹੀਂ ਹੈ ਔਰ ਇੱਥੋਂ ਤੱਕ ਕਿਹਾ ਗਿਆ ਕਈ ਅਫਸਰਾਂ ਵੱਲੋਂ ਕਿ ਸਾਡਾ ਤਾਂ ਐਫਆਈਆਰ ਦੇ ਵਿੱਚ ਨਾਮ ਤੱਕ ਸ਼ਾਮਲ ਨਹੀਂ ਹੈ ਫਿਰ ਵੀ ਸਾਨੂੰ ਕਿਉਂ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਤਾਂ ਇਹ ਘੁਟਾਲਾ ਕਰੋੜਾਂ ਦਾ ਸੀ ਇਸ ਕਰਕੇ ਮਾਨ ਸਰਕਾਰ ਨੂੰ ਲੱਗਿਆ ਕਿ ਦੁਬਾਰਾ ਜਾਂਚ ਹੋਣੀ ਚਾਹੀਦੀ ਹੈ ਤਾਂ ਹੁਣ ਪਤਾ ਇਹ ਲੱਗਿਆ ਕਿ ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਮਸਲੇ ਦੇ ਵਿੱਚ ਵਿਜੀਲੈਂਸ ਨੂੰ ਜਵਾਬ ਦੇ ਦਿੱਤਾ ਕਿ ਉਹ ਸ਼ੁੱਕਰਵਾਰ ਨੂੰ ਪੇਸ਼ ਹੋ ਸਕਦੇ ਨੇ ਹਾਲਾਂਕਿ ਉਹਨਾਂ ਨੂੰ ਅੱਜ ਪੇਸ਼ੀ ਸੀ ਅੱਜ ਤਲਬ ਦੀ ਤਾਰੀਖ ਰੱਖੀ ਗਈ ਸੀ ਇਸ ਮਸਲੇ ਦੇ ਵਿੱਚ ਸਰਵੇਸ਼ ਕੌਸ਼ਲ ਹਾਲੇ ਤੱਕ ਉਹ ਬਾਹਰ ਨੇ ਉਹ ਕਦੋਂ ਆਉਣਗੇ ਇੱਥੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਉਹਨਾਂ ਦੇ ਖਿਲਾਫ ਵੀ ਐਲਓਸੀ ਜਾਰੀ ਕਰ ਦਿੱਤੀ ਗਈ ਸੀ ਹਾਲਾਂਕਿ ਕੇਬੀਐਸ ਸਿੱਧੂ ਇਸ ਮਸਲੇ 'ਚ ਕਹਿ ਚੁੱਕੇ ਨੇ ਔਰ ਅਦਾਲਤ ਨੇ ਭਾਵੇਂ ਉਹਨਾਂ ਨੂੰ ਰਾਹਤ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ ਪਰ ਹਾਲੇ ਵੀ ਉਹਨਾਂ ਨੂੰ ਡਰ ਹੈ ਕਿ ਕਿਤੇ 에어ਪੋਰਟ ਤੇ ਉਹ ਆਉਣ ਤਾਂ ਕਿਤੇ ਗ੍ਰਿਫਤਾਰ ਨਾ ਕਰ ਲਏ ਜਾਣ ਹਾਲਾਂਕਿ ਅਦਾਲਤਾਂ ਦੀ ਦੇ ਹੁਕਮਾਂ ਦੀ ਜਿਹੜੀ ਹੈ ਉਸ ਦੇ ਖਿਲਾਫ ਕਾਰਵਾਈ ਹੋ ਜਾਵੇਗੀ ਕਿਉਂਕਿ ਰੋਕ ਲਗਾਈ ਹੋਈ ਹੈ ਅਗਲੀ ਸੁਣਵਾਈ ਤੱਕ ਕੇਬੀਐਸ ਸਿੱਧੂ ਦੇ ਖਿਲਾਫ ਇਸੇ ਤਰ੍ਹਾਂ ਕਾਨ ਸਿੰਘ ਪੰਨੂ ਨੇ ਵੀ ਕਹਿ ਦਿੱਤਾ ਕਿ ਮੇਰੀ ਇਮਾਨਦਾਰੀ ਦਾ ਟੈਸਟ ਜਿੱਥੇ ਮਰਜ਼ੀ ਲੈ ਲਵੋ ਮੈਂ ਸੱਚਾ ਔਰ ਮੈਨੂੰ ਟਾਰਗੇਟ ਕੀਤਾ ਗਿਆ ਇਹ ਜਿਹੜੀ ਇੱਕ ABC ਪੰਜਾਬ ਦੇ ਉੱਤੇ ਇੰਟਰਵਿਊ ਕੀਤਾ ਗਿਆ ਉਹਨਾਂ ਦਾ ਉਸ ਵਿੱਚ ਵੀ ਉਹਨਾਂ ਨੇ ਦਾਵਾ ਕੀਤਾ ਕਿ ਜਿਹੜਾ IOCS ਮਸਲੇ ਦੇ ਵਿੱਚ ਜਾਂਚ ਕਰਨ ਵਾਲਾ ਅਧਿਕਾਰੀ ਉਹ ਤਾਂ ਖੁਦ ਰਿਸ਼ਵਤ ਦੇ ਮਸਲੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮਾਂ ਦੇ ਵਿੱਚ ਘਿਰਿਆ ਹੋਇਆ ਆ ਸ਼ੀਸ਼ਕਪੂਰ ਵਿਜੀਲੈਂਸ ਦਾ ਅਧਿਕਾਰੀ ਆਪ ਜੇਲ੍ਹ ਦੇ ਵਿੱਚ ਹੈ ਪਰ ਇਸ ਤੇ ਜਿਹੜਾ ਉਲਟ ਹੈ ਖਿਲਾਫ ਹੈ ਕਈ ਅਧਿਕਾਰੀਆਂ ਨੇ ਸਾਬਕਾ ਅਧਿਕਾਰੀਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਸ ਦੇ ਨਾਲ ਜਾਣ ਨਹੀਂ ਚੜਾਈ ਜਾ ਸਕਦੀ ਕਾਨ ਸਿੰਘ ਪੰਨੂ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਉਹ ਇਸ ਮਸਲੇ ਦੇ ਵਿੱਚ ਨਿਰਦੋਸ਼ ਫਿਰ ਕਿਵੇਂ ਨੇ ਇਹ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਹੁਣ ਵਿਜੀਲੈਂਸ ਨੇ ਸਾਬਕਾ ਕਾਲੀ ਮੰਤਰੀ ਸ਼ਰਜੀ ਸਿੰਘ ਢਿੱਲੋਂ ਤੇ ਸਾਬਕਾ ਮੁਖ ਸਕੱਤਰ ਸਰਵੇਸ਼ ਕੌਸ਼ਲ ਨੂੰ ਤਲਬ ਕਰਨ ਦੀ ਤਾਰੀਖ ਅੱਜ ਰੱਖ ਲਈ ਗਈ ਸੀ ਪਰ ਇਸ ਮਸਲੇ ਦੇ ਵਿੱਚ ਹੁਣ ਸਰਵੇਸ਼ ਕੌਸ਼ਲ ਵੀ ਵਿਦੇਸ਼ ਦੇ ਵਿੱਚ ਨੇ ਉਹ ਵੀ ਹਾਜ਼ਰ ਨਹੀਂ ਹੋਣਗੇ ਔਰ ਉਹਨਾਂ ਨੂੰ ਦੁਬਾਰਾ ਕਦੋਂ ਤਲਬ ਕੀਤਾ ਜਾਂਦਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਵਿਜੀਲੈਂਸ ਨੇ ਇੱਕ ਇੱਕ ਕਰਕੇ ਸਾਰੇ ਨੂੰ ਬੁਲਾਉਣਾ ਸ਼ੁਰੂ ਜਦੋਂ ਦਾ ਕੀਤਾ ਉਸ ਦੇ ਵਿੱਚ ਸ਼ਰਜੀ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਪੇਸ਼ ਹੋਣਗੇ ਇਸ ਤੋਂ ਪਹਿਲਾਂ ਸ਼ਰਨਜੀਤ ਸਿੰਘ ਢਿੱਲੋਂ ਗਏ ਸੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਉੱਥੇ ਕਿਹਾ ਗਿਆ ਕਿ ਦੁਬਾਰਾ ਜਾਂਚ ਕਰਨ ਦੀ ਲੋੜ ਨਹੀਂ ਸੀ ਇਸ ਮਸਲੇ 'ਚ ਜਾਂਚ ਮੁਕੰਮਲ ਹੋ ਚੁੱਕੀ ਹੈ 17 ਅਗਸਤ 2017 ਨੂੰ ਐਫ ਆਈ ਆਰ ਪਹਿਲੀ ਵਾਰ ਦਰਜ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਤਕਰੀਬਨ ਉਦੋਂ ਗੁਰਿੰਦਰ ਸਿੰਘ ਉਰਫ ਪਾਪਾ ਦੇ ਉੱਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਔਰ ਇਹ ਕਿਹਾ ਗਿਆ ਨਿਆਇਕ ਜਾਂਚ ਵੀ ਕੀਤੀ ਗਈ ਉਸ ਦੀ ਜੁਡੀਸ਼ੀਅਲ ਰਿਮਾਂਡ ਲਿਆ ਗਿਆ ਔਰ ਉਸ ਦੇ ਦੌਰਾਨ ਜੋ ਜੋ ਕੁਛ ਉਸਨੇ ਬੋਲਿਆ ਉਸ ਦੇ ਵਿੱਚ ਇਹਨਾਂ ਤਿੰਨ ਅਫਸਰਾਂ ਦੇ ਨਾਂ ਤੇ ਦੋ ਸਾਬਕਾ ਅਕਾਲੀ ਮੰਤਰੀਆਂ ਦੇ ਨਾਂ ਲਏ ਗਏ ਉਹਨਾਂ ਦੇ ਉੱਤੇ ਇਲਜ਼ਾਮ ਇਹ ਵੀ ਨੇ ਕਿ ਕਰੋੜਾਂ ਰੁਪਏ ਦਾ ਜਿਹੜਾ ਗਵਨ ਕੀਤਾ ਗਿਆ ਗੜਬੜੀ ਕੀਤੀ ਗਈ ਪਰ ਇਸ ਬਦਲੇ ਵਿੱਚ ਸਾਬਕਾ ਅਕਾਲੀ ਮੰਤਰੀ ਔਰ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਨਾਲ ਲੈ ਕੇ ਉਹਨਾਂ ਨੇ ਲੁਧਿਆਣੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਸ ਵਿੱਚ ਦੱਸਿਆ ਸੀ ਕਿ ਉਹ ਬੇਕਸੂਰ ਨੇ ਉਹਨਾਂ ਨੂੰ ਫਸਾਇਆ ਜਾ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਕਤਾਹੀ ਜੜ ਗਈ ਨਹੀਂ ਹੋਈ ਨਾ ਹੀ ਉਹਨਾਂ ਨੇ ਕੋਈ ਦਿਵਾਨੀ ਖਾਧੀ ਹੈ ਇਸ ਬਾਰੇ ਅਕਾਲੀ ਮੰਤਰੀ ਸਾਬਕਾ ਦਾਵਾ ਕਰ ਚੁੱਕੇ ਨੇ ਪਰ ਇਸ ਮਸਲੇ 'ਚ ਉਹਨਾਂ ਦਾ ਦਾਵਾ ਕਿੰਨਾ ਕੁ ਠੋਸ ਬਣਦਾ ਕਿੰਨਾ ਕੁ ਸੱਚਾ ਬਣਦਾ ਇਹ ਤਾਂ ਹੁਣ ਨਿਰਪੱਖ ਜਾਂਚ ਦੱਸੇਗੀ ਔਰ ਜਿਵੇਂ ਜਿਵੇਂ ਵਿਜੀਲੈਂਸ ਨੂੰ ਇਹ ਦੁਬਾਰਾ ਜਾਂਚ ਕਰਨ ਦੇ ਹੁਕਮ ਮਿਲੇ ਨੇ ਕਿ ਕਿਤੇ ਘਾਟ ਰਹਿ ਗਈ ਸੀ ਜਾਂਚ ਕਰਨ ਦੇ ਵਿੱਚ ਤਾਂ ਹੁਣ ਵਿਜੀਲੈਂਸ ਇੱਕ ਇਹ ਕਰਕੇ ਸਾਰਿਆਂ ਨੂੰ ਤਲਬ ਕਰ ਰਹੀ ਹੈ ਇਸ ਮਸਲੇ 'ਚ ਤਿੰਨ ਸਾਬਕਾ ਜਿਹੜੇ ਵੱਡੇ ਅਫਸਰ ਸੀ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਤਲਬ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਕਾਣ ਸਿੰਘ ਪੰਨੂ ਉਹਨਾਂ ਤਿੰਨ ਅਫਸਰਾਂ ਦੇ ਵਿੱਚੋਂ ਹੀ ਹਾਲੇ ਤੱਕ 3 ਤੋਂ 4 ਘੰਟੇ ਦੀ ਪੁਸ਼ਕਿਸ਼ ਦੇ ਵਿੱਚ ਸਵਾਲਾਂ ਦੇ ਜਵਾਬ ਦੇ ਚੁੱਕੇ ਨੇ ਵਿਜੀਲੈਂਸ ਨੂੰ ਉਸ ਦੇ ਨਾਲ ਵਿਜੀਲੈਂਸ ਨੂੰ ਤਸੱਲੀ ਹੋਈ ਜਾਂ ਨਹੀਂ ਹੋਈ ਇਹ ਵਿਜੀਲੈਂਸ ਦੱਸੇਗੀ ਔਰ ਵਿਜੀਲੈਂਸ ਕਦੇ ਵੀ ਉਹਨਾਂ ਨੂੰ ਦੁਬਾਰਾ ਵੀ ਬੁਲਾ ਸਕਦੀ ਹੈ ਔਰ ਐਲਓਸੀ ਜਿਹੜੀ ਜਾਰੀ ਹੋਈ ਸੀ ਤਾਂ ਹੁਣ ਐਲਓਸੀ ਦੇ ਦੌਰਾਨ ਵੀ ਇੱਕ ਅਫਸਰ ਨੂੰ ਜ਼ਰੂਰ ਅਦਾਲਤ ਨੇ ਰਾਹਤ ਦਿੱਤੀ ਸੀ ਕੇਬੀਐਸ ਸਿੱਧੂ ਨੂੰ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮੇਰੇ ਤੇ ਜਿਹੜੀ ਗਲਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ ਤੱਕ ਐਲਓਸੀਆ ਜਾਂ ਇਸ ਤਰੀਕਾ ਅਧਾਰ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਉਸ ਅਫਸਰ ਦੇ ਖਿਲਾਫ ਹੁਣ ਸਰਵੇਸ਼ ਕਾਸ਼ਲ ਨੂੰ ਵੀ ਤਲਬ ਕੀਤਾ ਗਿਆ ਹਾਲਾਂਕਿ ਉਹ ਵਿਦੇਸ਼ ਵਿੱਚ ਨੇ ਕਦੋਂ ਵਿਦੇਸ਼ੋਂ ਵਾਪਸ ਪਰਤਦੇ ਨੇ ਜਾਂ ਨਹੀਂ ਪਰਤਦੇ ਜਾਂ ਫਿਰ ਆਨਲਾਈਨ ਵੀਡੀਓ ਕਾਨਫਰੰਸ ਦੇ ਜ਼ਰੀਏ ਆਪਣੀ ਜਿਹੜੀ ਤਲਬ ਕੀਤਾ ਗਿਆ ਉਸਵਾਲਾਂ ਦੇ ਜਵਾਬ ਦਿੰਦੇ ਨੇ ਪਤਾ ਲੱਗੇਗਾ ਪਰ ਅੱਜ ਦੀ ਘੜੀ ਜਿਹੜਾ ਅੱਜ ਤਾਰੀਖ ਮਿਥੀ ਗਈ ਸੀ ਤਲਬੀ ਦੀ ਤਲਬ ਕੀਤਾ ਗਿਆ ਸੀ ਸਾਬਕਾ ਕਾਲੀ ਮੰਤਰੀ ਨੂੰ ਤੇ ਸਾਬਕਾ ਮੁਖ ਸਕੱਤਰ ਸਰਵੇਸ਼ ਕੌਸ਼ਲ ਨੂੰ ਉਹ ਘਟੋ ਘਟ ਅੱਜ ਤਾਂ ਪੇਸ਼ ਨਹੀਂ ਹੋਣਗੇ ਤਲਬ ਨਹੀਂ ਹੋਣਗੇ ਪਰ ਹੋਰ ਵੀ ਜਿਹੜਾ ਕੋਈ ਜੁੜਿਆ ਇਸ ਮਸਲੇ ਦੇ ਨਾਲ ਜਾਣਕਾਰੀ ਹੋਵੇਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਉਹ ਸਾਂਝੀ ਕੀਤੀ ਜਾਵੇ